ਅੱਜ 9 ਸਤੰਬਰ ਹੈ ਦਿਨ ਸ਼ਨੀਚਰਵਾਰ ਹੈ ਮੀਂਹ ਨੇ ਕਈ ਥਾਈਂ ਠੰਡੇ ਕੀਤੇ ਪੰਜਾਬੀ ਹਰਿਆਣਵੀ ਤੇ ਚੰਡੀਗੜ੍ਹੀਏ 11 ਸਤੰਬਰ ਤੱਕ ਪੰਜਾਬ ਚ ਮੀਂਹ ਪੈਣ ਦੀ ਸੰਭਾਵਨਾ ਹੈ ਦਿੱਲੀ ਵਿੱਚ ਜੀ20 ਸੰਮੇਲਨ ਦਾ ਹੋਇਆ ਸ਼ਾਨਦਾਰ ਆਗਾਜ਼ ਪਹਿਲੇ ਦਿਨ ਸਾਂਝੇ ਐਲਾਨ ਨਾਮੇ ਨੂੰ ਦਿੱਤੀ ਗਈ ਮਨਜ਼ੂਰੀ ਪੀਐਮ ਮੋਦੀ ਦੇ ਸਾਹਮਣੇ ਪਈ ਤਖਤੀ ਤੇ ਇੰਡੀਆ ਦੀ ਥਾਂ ਭਾਰਤ ਲਿਖੇ ਜਾਂਦੇ ਹੋਏ ਬਾਵਾ ਚਰਚਾ ਅੱਜ ਸ਼ਾਮ ਨੂੰ ਰਾਸ਼ਟਰਪਤੀ ਵੱਲੋਂ ਸਾਰੇ ਵਿਦੇਸ਼ੀ ਮਹਿਮਾਨਾਂ ਸਮੇਤ ਦੇਸ਼ ਦੇ ਚੋਣਵੇਂ ਨੁਮਾਇੰਦਿਆਂ ਨੂੰ ਖਾਸ ਡਿਨਰ ਹੈ ਪੰਜਾਬ ਪੁਲਿਸ ਨੇ ਸਵੇਰ ਚ ਰੈੱਡ ਅਲਰਟ ਜਾਰੀ ਕੀਤਾ ਹੋਇਆ ਸਿੱਖਾਂ ਦੇ ਵੱਲੋਂ ਕੱ ਨੂੰ ਫਰਾਸ ਦੇ ਰਾਸ਼ਟਰਪਤੀ ਕੋਲ ਦਸਤਾਰ ਦਾ ਮੁੱਦਾ ਪੀਐਮ ਮੋਦੀ ਨੂੰ ਚੁੱਕਣ ਦੀ ਮੰਗ ਕੀਤੀ ਗਈ ਹੈ ਸਬ ਇਨਸਪੈਕਟਰਾਂ ਦੇ ਵਿੱਚ ਸਿਰਫ ਹਰਿਆਣਾ ਨਹੀਂ ਰਾਜਸਥਾਨ ਦੇ ਨੌਜਵਾਨ ਵੀ ਕੀਤੇ ਨੇ ਭਰਤੀ ਸੀਐਮਾਨ ਨੇ ਵਿਰੋਧਿਆਨ ਦਿੱਤੇ ਕਰਾਰੇ ਜਵਾਬ ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ਪੰਜਾਬ ਦੇ 10 ਅਫਸਰ ਦਿੱਲੀ ਤਲਬ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਮਿਲੇਗੀ ਚਾਈਲਡ ਕੇਅਰ ਲੀਵ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਜਿਹੇ ਚਿਹਰੇ ਨੂੰ ਟਾਕੇ ਤੁਸੀਂ ਸੜਕਾਂ ਤੇ ਨਿਕਲੋਗੇ ਤਾਂ ਪਰਚਾ ਦਰਜ ਹੋਊਗਾ ਸਾਤਰੀਏ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਪੰਜਾਬ ਦੀਆਂ ਖਾਸ ਖਬਰਾਂ ਤੋਂ ਕਰਾਂਗੇ ਪਰ ਉਸ ਤੋਂ ਵੀ ਪਹਿਲਾਂ ਇੱਕ ਉਸ ਖਬਰ ਦੀ ਚਰਚਾ ਕਰ ਲੈਣੇ ਆ ਜਿਸ ਦੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ ਹੁਣ ਤੱਕ ਤੁਸੀਂ ਸਾਰਿਆਂ ਨੇ ਇਹ ਖਬਰ ਸੁਣ ਲਈ ਹੋਣੀ ਹੈ ਕਿ ਅਮਰੀਕਾ ਦੇ ਵਿੱਚ ਨੈਸ਼ਨਲ ਫੁੱਟਬਾਲ ਲੀਗ ਦੇ ਵਿੱਚ ਹਿੱਸਾ ਲੈ ਰਹੀ ਮਸ਼ਹੂਰ ਫੁੱਟਬਾਲ ਟੀਮ ਡਾਲਾਸ ਕਾਊਬੋイズ ਨੇ ਆਪਣੀ ਜਰਸੀ ਤੇ ਸਿੱਖ ਯੋਧੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਾਈ ਉਹ ਤਸਵੀਰ ਤੇ ਹੀ ਟੀ-ਸ਼ਰਟਾਂ ਪਾਣ ਕੇ ਉਹਨਾਂ ਨੇ ਆਪਣਾ ਮੈਚ ਖੇਡਿਆ ਇਸ ਤੋਂ ਇਲਾਵਾ ਟੀਮ ਦੇ ਥੀਮ ਵਾਲੇ ਪੋਸਟਰ ਦੇ ਵਿੱਚ ਵੀ ਤਸਵੀਰ ਦਿਖਾਈ ਗਈ ਹੈ ਜਿੱਥੇ ਹਾਸਲ ਕਰਨ ਅਤੇ ਸਾਰੀਆਂ ਚੁਣੌਤੀਆਂ ਨੂੰ ਜਿੱਤਣ ਦੇ ਸੰਦਰਭ ਦੇ ਵਿੱਚ ਇਸ ਟੀਮ ਨੇ ਇੱਕ ਥੀਮ ਅਪਣਾਇਆ ਕਾਰਪ ਓਮਨੀਆ ਜਿਸ ਦਾ ਅਰਥ ਹੈ ਇਹ ਸਭ ਜਿੱਤੋ ਜਾਂ ਸਭ ਕੁਝ ਜ਼ਬਤ ਕਰੋ ਤੇ ਖਬਰਾਂ ਸામਨੇ ਆਉਣ ਤੋਂ ਬਾਅਦ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ੜਾ ੜਾ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਉਕਰੀਆਂ ਹੁੱਡੀਆਂ ਵਾਲੀਆਂ ਜਿਹੜੀਆਂ ਤਸਵੀਰਾਂ ਨੇ ਖਿਡਾਰੀਆਂ ਦੀਆਂ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ ਸਿੱਖ ਕੌਮ ਕਿ ਅਮਰੀਕਾ ਦੀ ਮਸ਼ਹੂਰ ਫੁੱਟਬਾਲ ਟੀਮ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਤੋਂ ਪ੍ਰੇਰਣਾ ਲੈ ਰਹੀ ਹੈ ਪ੍ਰਭਾਵਿਤ ਹੈ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬ ਅਤੇ ਚੰਡੀਗੜ੍ਹ ਦੇ ਵਿੱਚ ਕਿਤੇ ਕਿਤੇ ਮੀਂਹ ਪਿਆ ਹੈ ਪੰਜਾਬ ਦੇ ਸਮਰਾਲਾ ਅਤੇ ਬਰਨਾਲਾ ਤੋਂ ਸਾਨੂੰ ਮੀਂਹ ਪੈਣ ਦੀ ਖਬਰ ਮਿਲੀ ਹੈ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਅੱਜ ਬੱਦਲ ਵਾਈ ਹੈ ਜਿਹੜੀ ਉਹ ਛਾਈ ਰਹੀ ਸ਼ਾਮ ਨੂੰ ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣ ਗਈ ਸੀ ਚੰਡੀਗੜ੍ਹ ਦੇ ਵਿੱਚ ਅੱਜ ਤੜਕੇ ਤੜਕੇ ਫਿਰ ਹਲਕਾ ਮੀਂਹ ਪਿਆ ਇਸੇ ਤਰ੍ਹਾਂ ਲੁਧਿਆਣਾ ਮੋਗਾ ਰੂਪਨਗਰ ਫਤਿਹਗੜ੍ਹ ਸਾਹਿਬ ਅਤੇ ਬਰਨਾਲਾ ਸਮੇਤ ਸੰਗਰੂਰ ਪਟਿਆਲਾ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਕੁਰਕ ਖੇਤਰ ਯਮਨਾ ਨਗਰ ਪੰਚਕੁਲਾ ਆੜਾ ਕਰਨਾਲ ਦੇ ਵਿੱਚ ਮੀਂਹ ਪੈਣ ਦੀ ਖਬਰ ਮਿਲੀ ਹੈ ਤੇ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 11 ਸਤੰਬਰ ਤੱਕ ਪੱਛਮੀ ਮਾਲਵੇ ਨੂੰ ਛੱਡ ਕੇ ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ ਜੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਜਾਂ ਫਿਰ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਹਲਕੇ ਮੀਂਹ ਦੀ ਭਵਿਕ ਬਾਣੀ ਕੀਤੀ ਗਈ ਹੈ ਅੰਬਾਲਾ, ਯਮਨਾਨਗਰ, ਕਰਨਾਲ ਦੇ ਵਿੱਚ ਗਰਜ ਚਮਕ ਦੇ ਨਾਲ ਅੱਜ ਮੀਂਹ ਪਿਆ ਹੈ। ਮਹਿੰਦਰਗੜ੍ਹ, ਰਿਵਾੜੀ, ਛੱਜਰ, ਗੁਰੂਗਰਾਮ, ਮੇਵਾਤ, ਪਲਵਲ, ਫਰੀਦাবাদ ਪਰ ਰੁੱਤਕ ਦੇ ਵਿੱਚ ਮੀਂਹ ਪੈਣ ਦੀ ਖਬਰ ਨਹੀਂ ਹੈ। ਸੋਨੀਪਟ ਅਤੇ ਪਾਣੀਪਤ ਦੇ ਵਿੱਚ ਵੀ ਹਲਕਾ ਮੀਂਹ ਪੈਂਦੀਆਂ ਖਬਰਾਂ ਮਿਲੀਆਂ ਨੇ। 12 ਸਤੰਬਰ ਨੂੰ ਪੰਜਾਬ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਬਾਅਦ 15 ਸਤੰਬਰ ਤੱਕ ਫੇਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹੁਣ ਗੱਲ ਕਰਾਂਗੇ ਭਾਰਤ ਵਿੱਚ ਚੱਲ ਰਹੇ ਉਸ ਵੱਡੇ ਸੰਮੇਲਨ ਦੀ ਜਿਸ ਕਰਕੇ ਦਿੱਲੀ ਨੂੰ ਰੋਕ ਦਿੱਤਾ ਗਿਆ ਹੈ ਦਿੱਲੀ ਵਾਸੀ ਘਰਾਂ ਦੇ ਅੰਦਰ ਵੜ ਕੇ ਬੈਠੇ ਨੇ ਤੇ ਦਿੱਲੀ ਨੂੰ ਦੁਨੀਆ ਭਰ ਦੇ ਲੀਡਰਾਂ ਨੇ ਰੋਕਿਆ ਹੋਇਆ ਹੈ ਕਿਉਂਕਿ ਉਹਨਾਂ ਦੇ ਔਨ ਕਰਕੇ ਦਿੱਲੀ ਦੇ ਵਿੱਚ ਸੁਰੱਖਿਆ ਸਖਤ ਹੈ ਚੱਪੇ-ਚੱਪੇ ਤੇ ਪਹਿਰੇਦਾਰ ਲੱਗੇ ਹੋਏ ਨੇ ਅਤੇ ਸਰਕਾਰੀ ਸਕੂਲਾਂ ਸਮੇਤ ਪ੍ਰਾਈਵੇਟ ادارے ਜਾਂ ਪ੍ਰਾਈਵੇਟ ਸਕੂਲ ਸਭ ਕੁਝ ਦਿੱਲੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਦਫ਼ਤਰ ਸਕੂਲ ਸਾਰਾ ਕੁਝ ਬੰਦ ਹੈ ਅੱਜ 18ਵੇਂ ਜੀ20 ਸੰਮੇਲਨ ਦਾ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਸ਼ਾਨਦਾਰ ਆਗਾਜ਼ ਹੋਇਆ ਅੱਜ ਪਹਿਲੇ ਦਿਨ ਨਵੀਂ ਦਿੱਲੀ ਵਿੱਚ ਜੀ20 ਦੇ ਸਾਂਝੇ ਐਲਾਨ ਨਾਮੇ ਨੂੰ ਮਨਜ਼ੂਰੀ ਦਿੱਤੀ ਗਈ ਤੇ ਦੂਜੇ ਸੈਸ਼ਨ ਦੇ ਵਿੱਚ ਇਸ ਦਾ ਐਲਾਨ ਕਰਦੇ ਹੋਏ ਪੀਐਮ ਮੋਦੀ ਨੇ ਜੀ20 ਸ਼ੇਰਪਾ ਮੰਤਰੀਆਂ ਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਮੋਦੀ ਨੇ ਕਿਹਾ ਕਿ ਇੱਕ ਚੰਗੀ ਖਬਰ ਮਿਲੀ ਹੈ ਕਿ ਸਾਡੀ ਟੀਮ ਦੀ ਸਖਤ ਮਿਹਨਤ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਜੀ20 ਲੀਡਰਾਂ ਦੇ ਸੰਮੇਲਨ ਦੇ ਐਲਾਨ ਤੇ ਇੱਕ ਸਮਝੌਤਾ ਹੋਇਆ ਹੈ ਮੇਰਾ ਪ੍ਰਸਤਾਵ ਹੈ ਕਿ ਲੀਡਰਸ ਡੈਕਲੇਰੇਸ਼ਨ ਨੂੰ ਵੀ ਅਪਣਾਇਆ ਜਾਵੇ ਮੈਂ ਵੀ ਇਸ ਡੈਕਲੇਰੇਸ਼ਨ ਨੂੰ ਅਪਣਾਉਣ ਦਾ ਐਲਾਨ ਕਰਦਾ ਹਾਂ ਮਾਈ ਐਗੈਕਸਲੈਂਸੀ ਰਾਸ਼ਟਰਪਤੀ ਬਾਈਡਨ ਇਜ਼ਰਾਈਲ ਹਾਈਨੈਸ क्राउन प्रिंस एंड प्राइम मिनिस्टर मोहम्मद बिन सलमान हिज रॉयल हाइनेस राष्ट्रपति शेख मोहम्मद बिन जायद हिज एक्सलेंसी राष्ट्रपति मैक्रो, हिज एक्सलेंसी चांसलर सोल्च, हर एक्सलेंसी प्रधानमंत्री मेलोनी और हर एक्सलेंसी Bonded, Legend, इन सबको इस इनिशिएटिव के लिए मैं बहुत बहुत बधाई देता हूँ आप सब की सहमति से आगे की कार्यवाही शुरू करने से पहले मैं अफ्रीकन यूनियन के अध्यक्ष को जी ट्वेंटी के स्थायी सदस्य के रूप में अपना स्थान ग्रहण करने के लिए आमंत्रित करता हूँ ਅਜਤੜ ਕੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਮੁਖੀਆਂ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਤੀਨਿਧੀਆਂ ਦਾ ਸਵਾਗਤ ਕਰਨ ਦੇ ਲਈ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪ ਦੇ ਵਿੱਚ ਪਹੁੰਚੇ ਸਟੇਜ ਦੇ ਪਿੱਛੇ ਕੋਨਾਰਕ ਚੱਕਰ ਦੀ ਆਕ੍ਰਿਤੀ ਲੱਗੀ ਹੋਈ ਸੀ ਜਿਸ ਦੇ ਕੋਲ ਜਿਸ ਤੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਤੋਂ ਪਹੁੰਚੇ ਵੱਡੇ ਲੀਡਰਾਂ ਦਾ ਸਵਾਗਤ ਕਰਨ ਦੇ ਲਈ ਖੜੇ ਸਨ ਇਸ ਮੌਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਕੋਨਾਰਕ ਚੱਕਰ ਬਾਰੇ ਜਾਣਕਾਰੀ ਦਿੰਦੇ ਵੀ ਨਜ਼ਰ ਆਏ ਪ੍ਰਧਾਨ ਮੰਤਰੀ ਮੋਦੀ ਨੇ ਦੋਦਨਾ G20 ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ 55 ਮੁਲਕਾਂ ਦੇ ਅਫਰੀਕੀ ਸੰਘ ਨੂੰ ਨਵੇਂ ਮੈਂਬਰ ਵਜੋਂ ਸ਼ਾਮਲ ਕਰਨ ਦਾ ਐਲਾਨ ਕੀਤਾ ਐਲਾਨ ਤੋਂ ਥੋੜੀ ਦੇਰ ਬਾਅਦ ਹੀ ਕੋਮੋਰੋਸ ਯੂਨੀਅਨ ਦੇ ਪ੍ਰਧਾਨ ਅਤੇ ਅਫਰੀਕਨ ਯੂਨੀਅਨ ਦੇ ਚੇਅਰਮੈਨ ਅਜ਼ਾਲੀ ਅਸਮਾਨੀ ਨੇ G20 ਦੇ ਅਸਥਾਈ ਮੈਂਬਰ ਵਜੋਂ ਆਪਣੀਆਂ ਸੀਟਾਂ ਸਾਂਭ ਲਈਆਂ ਤੇ ਸਮਾਗਮ ਦੌਰਾਨ ਜਦੋਂ ਪ੍ਰਧਾਨ ਮੰਤਰੀ ਦੀ ਬੈਠਿਆਂ ਦੀ ਤਸਵੀਰ ਸਾਹਮਣੇ ਆਈ ਤਾਂ ਉਸ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਪੀਐਮ મોદી ਦੇ ਸਾਹਮਣੇ ਮੁਲਕ ਦਾ ਨਾਮ ਇੰਡੀਆ ਨਹੀਂ ਬਲਕਿ ਭਾਰਤ ਲਿਖਿਆ ਹੋਇਆ ਸੀ ਅੰਗਰੇਜ਼ੀ ਦੇ ਵਿੱਚ ਤੇ ਪਹਿਲੀ ਵਾਰੀ ਇਹ ਜਦੋਂ ਕਿਸੇ ਵੀ ਅੰਤਰਰਾਸ਼ਟਰੀ ਸਮਾਗਮ ਦੇ ਵਿੱਚ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਦੀ ਸੀਟ ਦੇ ਮੂਰੇ ਦੇਸ਼ ਦਾ ਨਾਮ ਇੰਡੀਆ ਨਹੀਂ ਲਿਖਿਆ ਗਿਆ ਇਸ ਮੌਕੇ ਸਮ੍ਰਿਤੀ ਇਰਾਨੀ ਨੇ ਪੀਐਮ મોદી ਦੀ ਤਸਵੀਰ ਸਾਂਝੀ ਕੀਤੀ ਤੇ ਕਿਹਾ ਕਿ ਉਮੀਦ ਅਤੇ ਵਿਸ਼ਵਾਸ ਦਾ ਨਾਮ ਹੈ ਭਾਰਤ ਲੰਗੇ ਸਾਲ ਹਾਲਾਂਕਿ ਜਾਂ ਜਦੋਂ ਵੀ ਜਿੰਨੇ ਵੀ ਸਾਲਾਂ ਦੀ ਆਪਾਂ ਗੱਲ ਕਰ ਲਈਏ ਜੀ20 ਸਮੇਲਨ ਦੀ ਜਾਂ ਫਿਰ ਹੋਰ ਕੋਈ ਵੀ ਅੰਤਰਰਾਸ਼ਟਰੀ ਸਮੇਲਨ ਦੀ ਤਾਂ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਰੱਖੇ ਬੋਰਡ ਤੇ ਇੰਡੀਆ ਲਿਖਿਆ ਹੁੰਦਾ ਸੀ ਉਸ ਤੋਂ ਪਹਿਲਾਂ ਵੀ ਜਿੰਨੇ ਪ੍ਰਧਾਨ ਮੰਤਰੀ ਸਨ ਜਦੋਂ ਕਿਤੇ ਅੰਤਰਰਾਸ਼ਟਰੀ ਸਮਾਗਮ ਦੇ ਵਿੱਚ ਸੰਬੋਧਨ ਕਰਦੇ ਸਨ ਤਾਂ ਨਾਮ ਇੰਡੀਆ ਹੀ ਲਿਖਿਆ ਹੁੰਦਾ ਸੀ ਪਰ ਐਤਕੀ ਇੰਡੀਆ ਨੂੰ ਭਾਰਤ ਦੇ ਵਿੱਚ ਬਦਲ ਦਿੱਤਾ ਗਿਆ ਹੈ ਇਸ ਜੀ20 ਸੰਮੇਲਨ ਦੇ ਵਿੱਚ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪਹੁੰਚੇ ਹੋਏ ਨੇ ਉੱਥੇ ਬਰਤਾਨੀਆ ਦੇ ਪੀਐਮ ਰਿਸ਼ੀ ਸਨ ਕਿਟਲੀ ਦੇ ਪੀਐਮ ਜਾਰਜੀਆ ਮੈਲੋਨੀ ਕੈਨੇਡਾ ਦੇ ਪੀਐਮ ਜਸਟਨ ਟਰੂਡੋ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਲਈ ਹਸੀਨ ਲੌਂਗ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ ਡਾ ਸਿਲਵਾਸਿਓ ਇਨਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਈਏਪ ਅਰਦਵਾਨ ਸਮੇਤ ਕਈ ਵਿਦੇਸ਼ੀ ਮਹਿਮਾਨ ਸ਼ਾਮਲ ਨੇ ਹਾਲਾਂਕਿ ਰੂਸ ਅਤੇ ਚੀਨ ਦੇ ਰਾਸ਼ਟਰਪਤੀ ਨਹੀਂ ਪਹੁੰਚੇ ਪਰ ਚੀਨ ਦੇ ਨੁਮਾਇੰਦੇ ਜ਼ਰੂਰ ਪਹੁੰਚੇ ਹੋਏ ਨੇ ਹਾਲਾਂਕਿ ਪਹਿਲੇ ਦਿਨ G20 ਦੇ ਮੁਲਕਾਂ ਦੇ ਵਾਤਾਵਰਣ ਮੰਤਰੀਆਂ ਦੀ ਬੈਠਕ ਦੇ ਵਿੱਚ ਜੈਵਿਕ ਬਾਲਣ ਦੀ ਵਰਤੋਂ ਨੂੰ ਹੌਲੀ-ਹੌਲੀ ਘਟਾ ਕੇ ਨਵਿਆਉਣਯੋਗ ਊਰਜਾ ਦੇ ਟੀਚੇ ਨੂੰ ਵਧਾਉਣ ਅਤੇ ਗ੍ਰੀਨ ਹਾਊਸ ਨਿਕਾਸ ਨੂੰ ਘਟਾਉਣ ਵਰਗੇ ਟੀਚੇ ਨੂੰ ਹਾਸਲ ਕਰਨ ਤੇ ਕੋਈ ਸਹਿਮਤੀ ਨਹੀਂ ਬਣ ਸકી ਜਦ ਕਿ G20 ਦੇਸ਼ ਦੁਨੀਆ ਦੇ 75% ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਦੇ ਲਈ ਜ਼ਿੰਮੇਵਾਰ ਨੇ G20 ਸੰਮੇਲਨ ਦੇ ਵਿੱਚ ਰੂਸ ਚਾਈਨਾ ਸਾਊਦੀ ਅਰਬ ਤੇ ਭਾਰਤ ਨੇ 2030 ਤੱਕ ਨਵਿਆਉਣਯੋਗ ਊਰਜਾ ਦੀ ਸਮਰੱਥਾ ਨੂੰ 3 ਗੁਣਾ ਵ ਦੇ ਵਿਕਸਿਤ ਮੁਲਕਾਂ ਦੇ ਟੀਚੇ ਦਾ ਵਿਰੋਧ ਵੀ ਕੀਤਾ ਰਾਸ਼ਟਰਪਤੀ ਜੋ ਬਾਈਡਨ ਦੀ ਨਵੀਂ ਦਿੱਲੀ ਫੇਰੀ ਦੇ ਦੌਰਾਨ ਅਮਰੀਕੀ ਸਦਨ ਅਮਰੀਕੀ ਸੰਸਦ ਦੇ ਪ੍ਰਤੀਨਿਧੀ ਸਦਨ ਦੇ ਦੋ ਪ੍ਰਮੁੱਖ ਮੈਂਬਰਾਂ ਨੇ ਭਾਰਾ ਦੇ ਹੱਕ ਵਿੱਚ ਇੱਕ ਕਾਨੂੰਨ ਦਾ ਖਰੜਾ ਪੇਸ਼ ਕੀਤਾ ਇਸ ਕਾਨੂੰਨ ਦਾ ਉਦੇਸ਼ ਭਾਰਤ ਨੂੰ ਉੱਚ ਤਕਨੀਕੀ ਵਸਤੂਆਂ ਦੇ ਨਿਰਯਾਤ ਤੇ ਲੱਗੀ ਪਾਬੰਦੀ ਨੂੰ ਹਟਾਉਣਾ ਹੈ ਤਾਂ ਜੋ ਸੰਵੇਦਨਸ਼ੀਲ ਟੈਕਨੋਲੋਜੀ ਦੇ ਨਿਰਯਾਤ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਪਣਾਇਆ ਜਾ ਸਕੇ ਬਣਾਇਆ ਜਾ ਸਕੇ ਤੇ ਦਵੱਲੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਡਬਲਿਊਟੀਓ ਯਾਨੀ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਵੀ ਭਾਰਤ ਤੇ ਅਮਰੀਕਾ ਨੇ ਪੋਲਟਰੀ ਉਤਪਾਦਾਂ ਦੇ ਮੁੱਦੇ ਤੇ ਆਪਣਾ ਆਖਰੀ ਵਿਵਾਦ ਸੁਲਝਾ ਲਿਆ ਹੈ ਦੋਵਾਂ ਮੁਲਕਾਂ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਦੋਵੇਂ ਦੇਸ਼ਾਂ ਨੇ ਡਬਲਿਊਟੀਓ ਦੇ ਵਿੱਚ ਭਾਰਤ ਅਤੇ ਸੰਯੁਕਤ ਰਾਜ ਦੇ ਵਿਚਾਲੇ ਲੰਬਿਤ 7ਵੇਂ ਤੇ ਅੰਤਿਮ ਵਿਵਾਦ ਦੇ ਨਿਪਟਾਰੇ ਦਾ ਸਵਾਗਤ ਕੀਤਾ ਜੂਨ 2023 ਦੇ ਵਿੱਚ 6 ਦਵੱਲੇ ਵਪਾਰਿਕ ਵਿਵਾਦਾਂ ਦਾ ਨਿਪਟਾਰਾ ਵੀ ਹੋਇਆ ਸੀ ਸੋ ਜੀ20 ਸੰਮੇਲਨ ਦੀ ਬੈਠਕ ਦੇ ਵਿੱਚ ਕੀ ਕੁਝ ਖਾਸ ਹੋਇਆ ਇਹ ਦੱਸਣ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਹਾਂ ਕਿ ਪੰਜਾਬ ਦੇ ਵਿੱਚ ਵੀ ਜੀ20 ਸੰਮੇਲਨ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵਿਧਿਗੜ ਕ੍ਰੈਕਟਰ ਜਨਰਲ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੁਰੱਖਿਆ ਦੇ ਬੰਦੇ ਨਜ਼ਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਪੰਜਾਬ ਦੇ ਵੱਲੋਂ ਇਹ ਕਾਰਵਾਈ ਸਮਾਜ ਵਿਰੋਧੀ ਅਨਸਰਾਂ ਤੇ ਨਜ਼ਰ ਰੱਖਣਾ ਤੇ ਕਾਰਵਾਈ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਦੇ ਵੱਲੋਂ ਫਲੈਗ ਮਾਰਚ ਵੀ ਕੱਡੇ ਜਾ ਰਹੇ ਨੇ ਪੰਜਾਬ ਪੁਲਿਸ ਨੇ ਸੁਰੱਖਿਆ ਦੇ ਪੂਰੇ ਕਰੜੇ ਪ੍ਰਬੰਧ ਕੀਤੇ ਨੇ ਇਸ ਦਰਮਿਆਨ ਵਿਰੋਧ ਦੀ ਤਸਵੀਰ ਵੀ ਨਜ਼ਰ ਆਈ ਹੈ ਤਿੱਬਤੀ ਅੰਦੋਲਨਕਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਮੈਕਲੋਡ ਗਾਂਸ ਦੇ ਵਿੱਚ ਚੀਨ ਤੇ ਤਿੱਬਤੀ ਸਭਿਆਚਾਰ ਨੂੰ ਕਥਿਤ ਤੌਰ ਤੇ ਮਿਟਾਉਣ ਦਾ ਦੋਸ਼ ਦੌਰਾਨ ਅੰਦੋਲਨਕਾਰੀਆਂ ਨੇ G20 ਸਮੈਲ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਵਾਲੇ ਵਿਸ਼ਵ ਦੇ ਲੀਡਰਾਂ ਨੂੰ ਚੀਨ ਨਾਲ ਗੱਲ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਚੀਨ ਤਿੱਬਤੀ ਸਭਿਆਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਤਰ੍ਹਾਂ ਸਿੱਖ ਭਾਈਚਾਰੇ ਦੇ ਵੱਲੋਂ ਵੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੱਲ ਨੂੰ ਜਦੋਂ ਉਹਨਾਂ ਦੀ ਮੁਲਾਕਾਤ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਦੇ ਨਾਲ ਹੋਵੇਗੀ ਇੱਕ ਤਾਂ G20 ਦੀ ਜਿਹੜੀ ਸਾਂਝੀ ਬੈਠਕ ਹੁੰਦੀ ਹੈ ਉਹ ਹੋਏਗੀ ਦੂਸਰਾ ਵੱਖਰੇ ਤੌਰ ਤੇ ਦੋਵਾਂ ਮੁਲਕਾਂ ਦੇ ਵੱਡੇ ਲੀਡਰਾਂ ਦੀ ਬੈਠਕ ਹੋਏਗੀ ਤਾਂ ਸਿੱਖ ਕੌਮ ਸੁਨੇਹੇ ਪਹੁੰਚਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਕਿ ਫਰਾਂਸ ਵਿੱਚ ਵਸਦੇ ਸਿੱਖ ਬੱਚਿਆਂ ਦੀ ਦਸਤਾਰ ਦਾ ਮੁੱਦਾ ਜ਼ਰੂਰ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਚੁੱਕਣ ਤਾਂ ਕਿ ਫਰਾਂਸ ਦੇ ਵਿੱਚ ਪਿਛਲੇ 20 ਸਾਲਾਂ ਤੋਂ ਜਿਹੜਾ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਦਸਤਾਰ ਪਹਿਨਣ ਤੇ ਰੋਕ ਲੱਗੀ ਹੋਈ ਹੈ ਉਸ ਨੂੰ ਹਟਾਇਆ ਜਾਵੇ ਅਸੀਂ ਅੱਜ ਉਹਨਾਂ ਨੂੰ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਉਹ ਜੀ 20 ਦੇ ਇਸ ਸਮਿਟ ਦੇ ਵਿੱਚ ਦਿੱਲੀ ਪਹੁੰਚ ਚੁੱਕੇ ਆ ਤੇ ਉੱਥੇ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੋਣੀ ਆ ਭਾਵੇਂ ਕਿ ਕਈ ਤਰ੍ਹਾਂ ਦੇ ਜਿਹੜੇ ਦਸਤਾਰ ਦੇ ਇਸ਼ੂ ਹੈ ਉਹ ਹਲ ਵੀ ਹੋਇਆ ਸ਼ਰੋਣੀ ਕਮੇਟੀ ਦੇ ਇਸ ਦਬਾਅ ਦੇ ਨਾਲ ਤੇ ਸਿੱਖ ਸੰਗਤ ਦੇ ਦੁਨੀਆ ਦੇ ਦੁਨੀਆ ਭਰ ਚੋਂ ਆਏ ਜਿਹੜੇ ਦਬਾਅ ਦੇ ਕਰਕੇ ਪਰ ਇੱਕ ਗੱਲ ਦੇਖਣ ਵਾਲੀ ਆ ਕਿ ਜਿਹੜੇ ਬੱਚੇ ਆ ਜਿਹੜੇ ਪੁੰਗਰ ਰਈ ਫਲਵਾੜੀ ਆ ਪੁੰਗਰ ਰਈ ਪਨੀਰੀ ਆ ਜਿਹੜੀ ਸਿੱਖ ਆਉਂਦੀ ਉਹਨਾਂ ਤੇ ਅੱਜ ਵੀ ਦਸਤਾਰ ਦੀ ਪਾਬੰਦੀ ਸਕੂਲ ਵਿੱਚ ਦਸਤਾਰ ਦੀ ਪਾਬੰਦੀ ਜਿਹੜੀ ਆ ਫਰਾਂਸ ਦੇ ਵਿੱਚ ਲੱਗੀ ਹੋਈ ਆ ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਅੱਜ ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਇੱਥੇ ਆਉਂਦੇ ਆ ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਰੋਲ ਆ ਇਸ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਦੇ ਮਾਣ ਵਧਾਉਣ ਲਈ ਹਰ ਖੇਤਰ ਦੇ ਅੰਦਰ ਸਿੱਖਾਂ ਦੇ ਇਸ ਮਾਮਲੇ ਨੂੰ ਉਹ ਜ਼ਰੂਰ ਕਿਹਨਾ ਫਰਾਂਸ ਦੇ ਰਾਸ਼ਟਰਪਤੀ ਨਾਲ ਕਿਹਨਾ ਮਿਲ ਕੇ ਉਹਨਾਂ ਨੂੰ ਇਸ ਮਸਲੇ ਦਾ ਹੱਲ ਕਰਾਉਣਗੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਜੀ ਨੂੰ ਵੀ ਲੇ ਕਿ ਇਸ G20 ਦੇ ਸਮੇਲਨ ਦੇ ਵਿੱਚ ਉਹ ਮਕਰਾਨ ਸਾਫ ਨਾਲ ਜਿਹੜਾ ਪ੍ਰੈਜ਼ੀਡੈਂਟ ਹੈ ਜਿਹੜਾ ਫਰਾਂਸ ਦੇ ਉਹਨਾਂ ਨਾਲ ਸਿੱਖ ਮਸਲਿਆਂ ਬਾਰੇ ਹੱਲ ਕਰਨ ਔਰ ਦਸਤਾਰ ਜਿਹੜੇ ਸਿੱਖਾਂ ਦੀ ਤਾਜ ਹੈਗੀ ਉਸ ਦੇ ਬਾਰੇ ਗੱਲ ਕਰਨੀ ਚਾਹੀਦੀ ਹੈਗੀ ਸਿੱਖਾਂ ਨੂੰ ਦਸਤਾਰ ਪਾ ਕੇ ਗੱਡੀ ਦੇ ਰਿਸੈਂਸ ਲੈਣੇ ਚਾਹੀਦੇ ਹਨ ਹੋਰ ਰਿਸੈਂਸ ਲੈਣੇ ਚਾਹੁੰਦੇ ਹਨ ਔਰ ਪਗੜੀ ਅਰਨ ਕਰਨ ਦੀ ਇਜਾਜ਼ਤ ਖਰਜ ਕਾਮੁਨ ਹੋਣੀ ਚਾਹੀਦੀ ਹੈ ਉਧਰ ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਹੋਣ ਵਾਲੇ G20 ਸੰਮੇਲਨ ਕਾਰਨ ਝੁੱਗੀਆਂ ਨੂੰ ਢਾਇਆ ਜਾ ਰਿਹਾ ਹੈ ਜਾਂ ਫਿਰ ਉਹਨਾਂ ਨੂੰ ਲੁਕੋ ਦਿੱਤਾ ਗਿਆ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਸਾਡੇ ਗਰੀਬ ਤੇ ਗੁੰਗੇ ਜਨਰਾਂ ਨੂੰ ਲੁਕਾਉਣ ਦੇ ਵਿੱਚ ਲੱਗੀ ਹੋਈ ਹੈ। ਸਾਡੇ ਮਹਿਮਾਨਾਂ ਤੋਂ ਭਾਰਤ ਦੀ ਸੱਚਾਈ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਨੂੰ ਹਰੀਆਂ ਚਾਦਰਾਂ ਨਾਲ ਢਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਇੱਕ ਵਾਰੀ ਖੇਡਾਂ ਦਾ ਵੱਡਾ ਟੂਰਨਾਮੈਂਟ ਭਾਰਤ ਦੇ ਵਿੱਚ ਹੋਇਆ ਸੀ ਕੌਮਨਤਰੀ ਪੱਧਰ ਦਾ ਟੂਰਨਾਮੈਂਟ ਹੋਇਆ ਸੀ ਉਸ ਵਕਤ ਵੀ ਅਜਿਹਾ ਹੀ ਕੀਤਾ ਗਿਆ ਸੀ ਦਿੱਲੀ ਨੂੰ ਉੱਤੋਂ ਤੋਂ ਇੰਨਾ ਕੁ ਖੂਬਸੂਰਤ ਬਣਾ ਦਿੱਤਾ ਗਿਆ ਸੀ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇੱਥੇ ਝੁੱਗੀਆਂ ਝੋਪੜੀਆਂ ਜਾਂ ਫਿਰ ਆਵਾਰਾ ਕੁੱਤੇ ਵੀ ਹੋਣਗੇ ਤੇ ਉਹੀ ਕੁਝ ਹੁਣ ਕੀਤਾ ਗਿਆ ਹੈ ਦਿੱਲੀ ਨੂੰ ਉੱਤੋਂ ਤੋਂ ਚਮਕਾ ਦਿੱਤਾ ਗਿਆ ਪਰ ਇਹਨਾਂ ਕਬਰਾਂ ਦੇ ਪਿੱਛੇ ਕੀ ਹੈ ਇਹਨਾਂ ਇਹਨਾਂ ਸੋਹਣੀਆਂ ਤਸਵੀਰਾਂ ਦੇ ਪਿੱਛੇ ਕੀ ਹੈ ਉਹ ਲੁਕ ਨਹੀਂ ਸਕਦਾ ਉਧਰ ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰ ਮਈਆ ਨੇ ਕਿਹਾ ਕਿ ਜੀ20 ਲੀਡਰਾਂ ਦੇ ਲਈ ਦਿੱਤੇ ਗਏ ਡਿਨਰ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਨੂੰ ਨਾ ਬੁਲਾਇਆ ਜਾਣਾ ਸਰਾਸਰ ਗਲਤ ਹੈ ਦਰਅਸਲ ਅੱਜ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਸਾਰੇ ਵੱਡੇ ਲੀਡਰਾਂ ਨੂੰ ਰਾਤਰੀ ਭੋਜ ਦਾ ਸੱਦਾ ਦਿੱਤਾ ਗਿਆ ਹੈ ਸਪੈਸ਼ਲ ਡਿਨਰ ਦੇ ਲਈ 170 ਮਹਿਮਾਨਾਂ ਨੂੰ ਸੱਦਾ ਗਿਆ ਹੈ ਵਿਦੇਸ਼ੀ ਲੀਡਰਾਂ ਤੇ ਦੂਸਰੇ ਮੁਲਕਾਂ ਤੋਂ ਆਏ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਤੋਂ ਇਲਾਵਾ ਸਾਡੇ ਮੁਲਕ ਦੇ ਜਿਹੜੇ ਸੂਬੇ ਨੇ ਉਹਨਾਂ ਦੇ ਸਾਰੇ ਮੁੱਖ ਮੰਤਰੀਆਂ ਨੂੰ ਸੱਦਿਆ ਗਿਆ ਕੈਬਨਿਟ ਅਤੇ ਰਾਜ ਮੰਤਰੀਆਂ ਤੇ ਹੋਰ ਆਉਣ ਜਾਣ ਵਾਲੇ ਮਹਿਮਾਨਾਂ ਨੂੰ ਅੱਜ ਰਾਤ ਦਵਤ ਤੇ ਬੁਲਾਇਆ ਗਿਆ ਪਰ ਵਿਰੋਧੀ ਧਿਰ ਦੇ ਲੀਡਰਾਂ ਨੂੰ ਨਹੀਂ ਸੱਦਿਆ ਗਿਆ ਇਸ ਦਰਮਿਆਨ ਇੱਕ ਮਾਣ ਵਾਲੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸਾਰੇ ਮਹਿਮਾਨਾਂ ਨੂੰ ਮਿਲ ਰਹੇ ਸਨ ਅੱਜ ਤੜਕੇ ਤਾਂ ਇੱਕ ਮਹਿਰੂਨ ਦਸਤਾਰ ਦੇ ਵਿੱਚ ਸਿੱਖੀ ਸਰੂਪ ਵਿੱਚ ਦੁਨੀਆ ਦੀ ਸਭ ਤੋਂ ਤਾਕਤਵਾਰ ਸੰਸਥਾ ਵਰਲਡ ਬੈਂਕ ਵਿਸ਼ਵ ਬੈਂਕ ਜਿਸ ਤੋਂ ਦੁਨੀਆ ਭਰ ਦੇ ਕਿਸਾਨਾਂ ਨੂੰ ਤਕਲੀਫ ਰਹਿੰਦੀ ਹੈ ਉਸ ਦੇ ਮੁਖੀ ਜਦੋਂ ਆਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਬਹੁਤ ਹੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਇਹਨਾਂ ਦਾ ਨਾਮ ਹੈ ਅਜੀਪਾਲ ਸਿੰਘ ਬੰਗਾ ਜੋ ਕਿ ਮੁੱਢ ਤੋਂ ਪੰਜਾਬ ਦੇ ਰਹਿਣ ਵਾਲੇ ਨੇ ਵਿਸ਼ਵ ਬੈਂਕ ਦੇ ਇਹ ਪ੍ਰਧਾਨ ਬਣੇ ਨੇ ਤੇ ਪਹਿਲੀ ਵਾਰੀ ਕਿਸੇ ਸਿੱਖ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਬਣ ਦੀ ਦੁਨੀਆ ਨੇ ਦੇਖਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਹਨਾਂ ਨੂੰ ਇਹ ਅਹੁਦਾ ਦਿੱਤਾ ਹੈ ਅਜੀਪਾਲ ਸਿੰਘ ਬੰਗਾਪੂਰੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਂ ਹੈ ਵਰਲਡ ਬੈਂਕ ਦਾ ਪ੍ਰਧਾਨ ਬਣ ਤੋਂ ਬਾਅਦ ਤਾਂ ਉਹਨਾਂ ਦੀ ਗਣਤੀ ਦੁਨੀਆ ਦੇ ਸਭ ਤੋਂ ਤਾਕਤਵਰ ਸ਼ਖਸੀਅਤਾਂ ਦੇ ਵਿੱਚ ਹੁੰਦੀ ਹੈ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਬੜਾ ਰੌਲਾ ਪੈ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ 9 ਸਤੰਬਰ ਨੂੰ ਜਿਹੜੇ 560 ਸਬ ਇਨਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ ਉਹਨਾਂ ਦੇ ਵਿੱਚੋਂ ਹਰਿਆਣਾ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਖੋਇਆ ਗਿਆ ਹੈ ਪਰ 9 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਸਬ ਇਨਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਇਹਨਾਂ ਸਾਰੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ ਇੱਥੋਂ ਤੱਕ ਕਿਹਾ ਕਿ ਸਿਰਫ ਹਰਿਆਣਾ ਹੀ ਨਹੀਂ ਬਲਕਿ ਰਾਜਸਥਾਨ ਦੇ ਨੌਜਵਾਨ ਵੀ ਭਰਤੀ ਕੀਤੇ ਗਏ ਨੇ ਸ਼ੁੱਕਰਵਾਰ ਨੂੰ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਸੀਐਮ ਮਾਨ ਨੇ 560 ਸਬ ਇਨਸਪੈਕਟਰਾਂ ਨੂੰ ਸ਼ਨੀਚਰਵਾਰ ਨੂੰ ਨਿਯੁਕਤੀ ਪੱਤਰ ਸੌਂਪੇ ਪਰ ਉਹਨਾਂ ਦੇ ਨਿਸ਼ਾਨੇ ਤੇ ਜ਼ਿਆਦਾਤਰ ਵਿਰੋਧੀ ਧਿਰ ਦੇ ਲੀਡਰ ਰਹੇ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਰਾਜਾ ਵੜਿੰਗ ਤੇ ਵਿਕਰਮ ਸਿੰਘ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸੀਐਮ ਨੇ ਕਿਹਾ ਕਿ ਕੁਝ ਲੋਕਾਂ ਨੂੰ ਸਿਰਫ ਨੁਕਸ ਕੱਢਣ ਦੀ ਆਦਤ ਹੁੰਦੀ ਹੈ ਸਾਡੇ ਮੁਲਕ ਦਾ ਕਾਨੂੰਨ ਹੈ ਕੋਈ ਵੀ ਪੇਪਰ ਦੇ ਸਕਦਾ ਹੈ ਕਿਤੇ ਵੀ ਦੇ ਸਕਦਾ ਹੈ ਪਰ ਸੂਬੇ ਦੀ ਭਾਸ਼ਾ ਵਿੱਚ ਦੇਣਾ ਜ਼ਰੂਰੀ ਹੁੰਦਾ ਹੈ ਅਸੀਂ ਕਹਿੰਦੇ ਪੰਜਾਬੀ ਦੀ ਪਾਸ਼ਾ ਦਾ ਪੇਪਰ ਲੈ ਕੇ ਮੈਰਿਟ ਤੇ ਭਰਤੀਆਂ ਕੀਤੀਆਂ ਨੇ 560 ਇਨਸਪੈਕਟਰਾਂ ਦੇ ਵਿੱਚੋਂ 95% ਪੰਜਾਬੀ ਨੇ 31 ਹਰਿਆਣਾ ਤੇ 4 ਰਾਜਸਥਾਨ ਦੇ ਨੇ ਪਰ ਇਹ ਵੀ ਕਹਿੰਦੇ ਪੰਜਾਬੀ ਪਰਿਵਾਰਾਂ ਦੇ ਵਿੱਚੋਂ ਹੀ ਨੇ ਜਿਨ੍ਹਾਂ ਨੇ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਚੁਣਿਆ ਸੀ ਤੇ ਹੁਣ 50% ਦੀ ਨੰਬਰ ਲੈ ਕੇ ਪੰਜਾਬੀ ਦਾ ਪੇਪਰ ਕਲੀਅਰ ਕੀਤਾ ਸੀਐਮਾਨ ਨੇ ਸਵਾਲ ਕੀਤਾ ਕਿ ਜਦੋਂ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਨੌਕਰੀ ਮਿਲਦੀ ਹੈ ਉਦੋਂ ਤਾਂ ਅਸੀਂ ਬੜਾ ਖੁਸ਼ ਹੁੰਨੇ ਆ ਤੇ ਜੇ ਪੰਜਾਬ ਤੋਂ ਬਾਹਰਲੇ ਪੰਜਾਬੀ ਨੂੰ ਪੰਜਾਬ 'ਚ ਨੌਕਰੀ ਮਿਲਦੀ ਹੈ ਤਾਂ ਅਸੀਂ ਖੁਸ਼ ਕਿਉਂ ਨਹੀਂ ਹੁੰਦੇ ਇੱਕ ਅਖਬਾਰ 'ਚ ਪੜਿਆ ਮੈਂ ਸਾਡਾ ਇੱਕ ਮੁੰਡਾ ਪੰਜਾਬੀ ਕੈਨੇਡਾ ਦੀ ਪੁਲਿਸ 'ਚ ਭਰਤੀ ਹੋਇਆ Ontario ਦੇ ਵਿੱਚ ਉਦੋਂ ਬੜੀ ਖੁਸ਼ੀ ਮਨਾਉਂਦੇ ਆ ਪੰਜਾਬ ਦਾ ਮੁੰਡਾ ਉਥੋਂ ਦੀ ਪੁਲਿਸ ਦੇ ਵਿੱਚ ਭਰਤੀ Rajasthan ਦੇ ਚਾਰ ਮੁੰਡੇ ਭਰਾ ਗਏ ਹੋਏ ਨੇ ਹਰਿਆਣਾ ਪਹਿਲਾਂ ਪੰਜਾਬ ਸੀ ਇੱਥੋਂ ਹੋ ਜੇ ਤਾਂ ਕਹਿੰਦੇ ਜੀ ਬੁੜਾ ਵੱਡਾ ਪੰਗਾ ਜੀ ਤਾਂ ਗਦਾਰੀ ਹੋ ਗਈ ਤੇ ਰਾਜਾ ਬੜਿੰਨ ਕੇ ਨਰਾਜਸਤਾਨ ਦੇ ਕਿਉਂ ਰੱਖਿਆ ਚਾਰ ਉਹ ਵੀ ਪੰਜਾਬੀ ਨਹੀਂ ਮੈਂ ਕਿ ਤੂੰ ਤਾਂ Rajasthan ਬਾਰੇ ਨਾ ਹੀ ਗੱਲ ਕਰ ਪੰਜਾਬ ਦੀਆਂ ਬੱਸਾਂ ਤੇ Rajasthan ਦੀਆਂ ਬਾਡੀਆਂ ਲੱਗੀਆਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪੰਜਾਬ 'ਚ ਬਾਡੀਆਂ ਪੂਰੀ ਦੁਨੀਆ ਬਸ ਸਨੀਆਂ ਬਾੜੀਆਂ ਲਵਾਉਣ ਵਾਸਤੇ ਸਾਡੇ ਕੋਲੇ ਹੁੰਦੀ ਹੈ ਇਹ ਬਾੜੀਆਂ ਲਵਾਉਣ Rajasthan ਗਏ ਸੀਐਮ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਵਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੈਂ ਸ਼ਰਤ ਲਾ ਕੇ ਕਹਿਣਾ ਕਿ ਇਹ ਦੋਵੇਂ ਆਗੂ ਪੰਜਾਬੀ ਦਾ ਪੇਪਰ 50% ਦੀ ਛੱਡੋ 45% ਤੇ ਚ ਪਾਸ ਕਰਕੇ ਦਿਖਾ ਦੇਣ ਨਾਲ ਹੀ ਉਹਨਾਂ ਨੇ ਰਾਜਾ ਵੜਿੰਗ ਦੇ ਕਾਂਗਰਸ ਦੇ ਕਾਰਜਕਾਲ ਵੇਲੇ ਰਾਜਸਥਾਨ ਤੋਂ ਬੱਸਾਂ ਦੀ ਬੋਡੀ ਬਦਲਵਾਉਣ ਦੇ ਬਣਵਾਉਣ ਦੇ ਮਾਮਲੇ ਦੀ ਜਾਂਚ ਕਰਵਾਉਣ ਦਾ ਇੱਕ ਵਾਰੀ ਫੇਰ ਬਿਆਨ ਦਿੱਤਾ ਧਰਾਵਾ ਦਿੱਤਾ ਮੈਂ ਸਿੱਧਾ ਕਹਿਣਾ ਰਾਜਾ ਵੜਿੰਗ ਵਿਕਰਮਜੀਤ ਮਜੀਠੀਆ ਜਿਨ੍ਹਾਂ ਨੇ ਕੱਲ ਸਵਾਲ ਠਾਏ ਨੇ ਇੱਕ ਦੋ ਹੋਰ ਨੇ ਸ਼ਰਤ ਲਾ ਕੇ ਮਹੀਨੇ ਦਾ ਟਾਈਮ ਦੇ ਦਿੰਨੇ ਆ ਪੰਜਾਬੀ ਦਾ ਪੇਪਰ ਲਿਖਤੀ ਤੌਰ ਤੇ 50% ਨਹੀਂ 45% ਤੇ ਕਲੀਅਰ ਕਰਕੇ ਦਿਖਾ ਦੇਣਾ ਮੈਂ ਮੰਨ ਲਊਗਾ ਉਹ ਮੈਂ ਜਾਣਦਾ ਜਨਾਬ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਇਮਾਨਦਾਰੀ ਨੂੰ ਲੈ ਕੇ ਵੀ ਚੈਲੰਜ ਕੀਤਾ ਕਿ ਮੇਰੇ ਖਿਲਾਫ ਕੋਈ 1 ਰੁਪਏ ਦੀ ਧੋਖਾ ਧੜੀ ਵੀ ਸਾਬਤ ਨਹੀਂ ਕਰ ਸਕਦਾ ਕਹਿੰਦੇ ਮੇਰੇ ਸਾਹਮਣੇ ਤੁਸੀਂ ਦੋ ਚੀਜ਼ਾਂ ਰੱਖ ਦਿਓ ਇੱਕ ਪਾਸੇ 1 ਰੁਪਿਆ ਦੂਸਰੇ ਪਾਸੇ ਸਲਫਾਸ ਦੀ ਗੋਲੀ ਕਹਿੰਦੇ ਮੈਂ ਸਲਫਾਸ ਦੀ ਗੋਲੀ ਨੂੰ ਤਰਜੀਹ ਦੇਵਾਂਗਾ ਰੁਪਈਏ ਨਹੀਂ ਖਾਊਂਗਾ ਸਲਫਾਸ ਖਾਜੂਗਾ ਇਮਾਨਦਾਰੀ 1 ਰੁਪਈਏ ਦੀ ਵੀ ਹੈ ਇਮਾਨਦਾਰੀ ਕਰੋੜਾਂ ਦੀ ਵੀ ਹੈ ਚੋਰੀ ਪੰਜਾਬੀ ਦੀ ਕਹਾਵਤ ਹੈ ਚੋਰੀ ਕੱਖ ਦੀ ਵੀ ਚੋਰੀ ਲੱਖ ਦੀ ਵੀ ਮੰਨਿਆ ਕਿ 1 ਰੁਪਇਆ 1 ਰੁਪਏ ਦੀ ਐਮੀਅਤ ਦੇਖੋ ਤੁਸੀਂ ਵੀ ਅੱਜ ਜੁਆਇਨ ਕਰਨ ਲੱਗੇ ਹੋ 1 ਰੁਪਏ ਦੀ ਵੀ ਬਹੁਤ ਐਮੀਅਤ ਹੈ ਮੰਨਿਆ ਕਿ 1 ਰੁਪਇਆ 1 ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ 99999 ਬਣ ਜਾਂਦਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸਭ ਤੋਂ ਪਹਿਲੇ ਸਿਆਸੀ ਸਾਥੀ ਮਨਪ੍ਰੀਤ ਸਿੰਘ ਬਾਦਲ ਤੇ ਨਿਸ਼ਾਨਾ ਲਾਉਣਾ ਵੀ ਨਹੀਂ ਭੁੱਲੇ ਕਹਿੰਦੇ ਖਾਲੀ ਖਜ਼ਾਨੇ ਵਾਲੇ ਵਿੱਤ ਮੰਤਰੀ ਜੀ ਨੂੰ ਮੈਂ ਹੀ ਪੰਜਾਬੀ ਦੇ ਅਖਬਾਰ ਪੜ੍ਹ ਕੇ ਸੁਣਾਉਂਦਾ ਰਿਹਾ ਇਹਨਾਂ ਨੂੰ ਤਾਂ ਆਉਂਦੀ ਨਹੀਂ ਸੀ ਕਹਿੰਦੇ ਸਨਾਰ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਨੂੰ ਦੱਸੋ ਭਲਾ ਪੰਜਾਬੀ ਕਿੱਥੋਂ ਆਉ ਤੇ ਫਿਰ ਤੁਸੀਂ ਦੱਸੋ ਕਿ ਇਹ ਸਾਨੂੰ ਪੰਜਾਬੀ ਨਾਲ ਪਿਆਰ ਕਰਨਾ ਸਿਖਾਉਣਗੇ ਇਹਨਾਂ ਨੂੰ ਅਖਬਾਰ ਤਾਂ ਕਹਿੰਦੇ ਮੈਂ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ ਖਾਲੀ ਖਜ਼ਾਨੇ ਵਾਲੇ ਵਿੱਤ ਮੰਤਰੀ ਪੰਜਾਬੀ ਦਾ ਅਖਬਾਰ ਮੈਂ ਪੜ੍ਹ ਕੇ ਸੁਣਾਉਂਦਾ ਰਿਹਾ ਉਹਨਾਂ ਨੂੰ ਆਉਂਦੇ ਹੀ ਨਹੀਂ ਕਿਉਂਕਿ ਨਾ ਸਨਾਵਰ ਚ ਪੰਜਾਬੀ ਸਬਜੈਕਟ ਹੈ ਨਾ ਦੂਨ ਪਬਲਿਕ ਸਕੂਲ ਚ ਪੰਜਾਬੀ ਸਬਜੈਕਟ ਹੈ ਨਾ ਕਿਸੇ ਹੋਰ ਪਹਾੜ ਦੇ ਸਕੂਲ ਚ ਸਬਜੈਕਟ ਹੈ ਸਬਜੈਕਟ ਜਿਹੜਾ ਉਹ ਪੰਜਾਬੀ ਦਾ ਤੇ ਸਾਨੂੰ ਪੰਜਾਬ ਨਾਲ ਪਿਆਰ ਕਰਨਾ ਸਿਖਾਉਣਗੇ ਯਾਰ ਅਖੀਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਕਿਹਾ ਕਿ ਅਸੀਂ ਐਸਐਸਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ ਤੇ ਪੰਜਾਬ ਦੇਸ਼ ਦਾ ਪਹਿਲਾ ਸੁਭਾ ਹੋਏਗਾ ਜਿਸ ਕੋਲ ਆਪਣੀ ਸੜਕ ਸੁਰੱਖਿਆ ਦੇ ਲਈ ਖਾਸ ਪੁਲਿਸ ਹੋਵੇਗੀ ਗੱਡੀਆਂ ਉਹ ਹੋਣਗੀਆਂ ਜਿਹੜੀਆਂ ਦੁਬਈ ਦੇ ਵਿੱਚ ਦੌੜਦੀਆਂ ਨੇ ਹਰ 30 ਕਿਲੋਮੀਟਰ ਦੇ ਦਾਰੇ ਵਿੱਚ ਕਹਿੰਦੇ ਤੁਹਾਡੀ ਐਸਐਸਐਫ ਦੀ ਗੱਡੀ ਅਤੇ ਨਵੀਂ ਵਰਦੀ ਵਿੱਚ ਪੁਲਿਸ ਤੁਹਾਨੂੰ ਮਿਲੇਗੀ ਮੁੱਖ ਮੰਤਰੀ ਸੀਐਮ ਨੇ ਦਾਅਵਾ ਕੀਤਾ ਕਿ ਅੱਜ ਤੱਕ ਕੁੱਲ ਮਿਲਾ ਕੇ ਉਹਨਾਂ ਦੀ ਸਰਕਾਰ ਨੇ 35800 47 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦੇ ਦਿੱਤੀਆਂ ਨੇ ਇਹ ਕਹਿੰਦੇ ਸਿਰਫ ਡੇਢ ਸਾਲ ਦਾ ਸਮਾਂ ਹੈ ਰਹਿੰਦੇ 3.5 ਸਾਲਾਂ ਦੇ ਵਿੱਚ ਅਸੀਂ ਬੜਾ ਕੁਝ ਕਰਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅਸੀਂ ਯੂਪੀ ਪੰਜਾਬ ਦੇ ਵਿੱਚ ਅਸੀਂ ਯੂਪੀਐਸਸੀ ਦੇ 8 ਸੈਂਟਰ ਖੋਲ ਰਿਹਾ ਹਾਂ ਜਿੱਥੇ ਪੜ੍ਹ ਲਿਖ ਕੇ ਡੀਸੀ ਬਣਨਗੇ ਸਾਡੇ ਬੱਚੇ ਪਹਿਲਾਂ ਤਾਂ ਕਹਿੰਦੇ ਅਸੀਂ ਮਜ਼ਦੂਰ ਬਣ ਤੱਕ ਦੀ ਹੀ ਸਿੱਖਿਆ ਦਿੰਦੇ ਸੀ ਹੁਣ ਅਸੀਂ ਅਫਸਰ ਬਣਾਵਾਂਗੇ ਅੱਜ ਅੱਜ ਵਾਲੇ ਮਿਲਾ ਕੇ 35843 ਸਰਕਾਰੀ ਨੌਕਰੀਆਂ ਹੋ ਗਈਆਂ ਜੀ 1.5 ਸਾਲ ਹੋਇਆ ਨਹੀਂ ਅਜੇ ਪੰਜਾਬ ਦੀ ਅਗਲੀ ਵੱਡੀ ਖਬਰ ਹੈ ਕਿ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ सीबीआई ਨੇ ਵੱਡੀ ਕਾਰਵਾਈ ਕੀਤੀ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਆਪਕਾਰੀ ਤੇ ਕਰ ਵਿਭਾਗ ਦੇ 10 ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਗਿਆ ਅਧਿਕਾਰੀਆਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਸੋਮਵਾਰ ਤੇ ਮੰਗਲਵਾਰ ਨੂੰ ਰਾਜਸਥਾਨੀ ਚ सीबीआई ਮੂਹਰੇ ਪੇਸ਼ ਹੋਣ ਲਈ ਸੱਦਿਆ ਗਿਆ ਇਸ ਸਮਨ ਦਿੱਲੀ ਵਿੱਚ सीबीआई ਦੇ ਵਧੀਕ ਐਸਪੀ ਰਾਜੀਵ ਕੁਮਾਰ ਨੇ ਜਾਰੀ ਕੀਤੇ ਨੇ ਪੰਜਾਬ ਦੇ ਅਫਸਰਾਂ ਤੋਂ सीबीआई ਦਿੱਲੀ ਸ਼ਰਾਬ ਘੁਟਾਲੇ ਮਾਮਲੇ ਸੰਬੰਧੀ ਪੁੱਛਗਿੱਛ ਕਰੇਗੀ ਤੇ ਪਤਾ ਲਾਉਗੀ ਕਿ ਪੰਜਾਬ ਦੀ ਸ਼ਰਾਬ ਨੀਤੀ ਵਿੱਚ ਕਿਤੇ ਕੋਈ ਬੜੀ ਤਾਂ ਨਹੀਂ ਦਿੱਲੀ ਵਾਂਗੂ ਇਹ ਉਹ ਮਾਮਲਾ ਹੈ ਜਿਦੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿੱਖਿਆ ਮੰਤਰੀ ਮਨੀਸ਼ ਸੋਦੀਆ ਮੁੱਖ ਮੁਲਜ਼ਮ ਨੇ ਤੇ ਇਸੇ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਵੀ ਬੰਦ ਨੇ ਆਈਪੀਸੀ ਦੀ ਧਾਰਾ 160 ਤਹਿਤ ਜਾਰੀ ਇਹ ਸਮਨ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੁਖ ਦਫ਼ਤਰ ਦੇ ਜ਼ਰੀਏ ਭੇਜੇ ਗਏ ਨੇ ਇਸ ਤੋਂ ਪਹਿਲਾਂ ਈਡੀਵੀ ਤਿੰਨ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਚੁੱਕਿਆ ਜਿਸ ਵਿੱਚ ਫਾਈਨੈਂਸ ਕਮਿਸ਼ਨਰ ਐਂਡ ਟੈਕਸੇਸ਼ਨ ਕੇਪੀ ਸਨਹਾ ਦਾ ਨਾਮ ਸ਼ਾਮਲ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੇਪਰਾਂ ਦੇ ਮੱਦੇ ਨਜ਼ਰ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ ਸਾਰੇ ਅਧਿਆਪਕਾਂ ਨੂੰ ਇਸ ਮਹੀਨੇ ਚਾਈਲਡ ਕੇਅਰ ਲੀਵ ਨਾ ਭੇਜਣ ਦੇ ਹ ਯਾਨੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਮਹੀਨੇ ਕਿਸੇ ਨੂੰ ਵੀ ਆਪਣੇ ਬੱਚੇ ਨੂੰ ਸਾਂਭਣ ਦੇ ਲਈ ਛੁੱਟੀ ਨਹੀਂ ਦੇਵੇਗਾ ਇਸ ਸਬੰਧੀ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਮੁਖੀਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਨੇ ਚਿੱਠੀ ਮੁਤਾਬਕ ਵਿਦਿਆਰਥੀਆਂ ਦੀਆਂ ਟਰਮ ਪ੍ਰੀਖਿਆਵਾਂ 11 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਨੇ ਇਸ ਸਮੇਂ ਦੌਰਾਨ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਤੇ ਖਾਸ ਧਿਆਨ ਦੇਣ ਦੀ ਲੋੜ ਹੈ ਸੁਪਰੀਮ ਕੋਰਟ ਨੇ BBMP ਯਾਨਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ ਅਤੇ ਨੈਸ਼ਨਲ ਹਾਈਡਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਯਾਨਕਿ NHPC ਨੂੰ ਝਟਕਾ ਦਿੱਤਾ ਹੈ ਸਭ ਤੋਂ ਵੱ ਦੇਸ਼ ਪੈਸੰਜਰ ਐਂਡ ਗੁੱਡਸ ਟੈਕਸੇਸ਼ਨ ਐਕਟ 1997 ਵਿੱਚ ਕੀਤੀ ਸੋਧ ਨੂੰ ਕਾਨੂੰਨੀ ਇਕਰਾਰ ਦਿੰਦਾ ਹੈ ਇਸ ਤੋਂ ਬਾਅਦ ਹੁਣ BBMB ਅਤੇ NHPC ਨੂੰ ਆਪਣੀਆਂ ਬੱਸਾਂ ਦਾ ਟੈਕਸ ਹਿਮਾਚਲ ਸਰਕਾਰ ਨੂੰ ਦੇਣਾ ਹੋਵੇਗਾ ਇਸ ਤੋਂ ਪਹਿਲਾਂ ਇਹ ਕੰਪਨੀਆਂ ਟੈਕਸ ਵਸੂਲਣ ਦੇ ਹਿਮਾਚਲ ਸਰਕਾਰ ਦੇ ਫੈਸਲੇ ਖਿਲਾਫ ਹਿਮਾਚਲ ਹਾਈ ਕੋਰਟ ਗਈਆਂ ਸਨ ਹਾਈ ਕੋਰਟ ਨੇ ਸੂਬਾ ਸਰਕਾਰ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੈ ਸੋਧ ਨੂੰ ਕਾਨੂੰਨੀ ਕਰਾ ਦਿੱਤਾ ਹੈ ਇਹਨਾਂ ਕੰਪਨੀਆਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਸੁਪਰੀਮ ਕੋਰਟ ਨੇ 1 April 2023 ਤੋਂ BBMB ਅਤੇ NHPC ਪ੍ਰੋਜੈਕਟਾਂ ਚੱਲ ਰਹੀਆਂ ਬੱਸਾਂ ਤੇ ਟੈਕਸ ਅਦਾ ਕਰਨ ਦਾ ਹੁਕਮ ਦਿੱਤਾ ਹੈ ਪਿਛਲੇ ਦਿਨੀ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਅਧਿਆਪਕਾ ਦੀ ਮੌਤ ਦੇ ਮਾਮਲੇ ਦੀ ਮੋੜਲੀ ਜਾਂਚ ਮੁਕੰਮਲ ਕਰ ਲਈ ਗਈ ਹੈ ਜਾਂਚ ਰਿਪੋਰਟ ਦੇ ਮੁਤਾਬਿਕ ਸਕੂਲ ਦੀ ਪੁਰਾਣੀ ਇਮਾਰਤ ਵਰਤੋਂ ਦੇ ਯੋਗ ਹੀ ਨਹੀਂ ਸੀ ਮੈਜਿਸਟਰੇਟ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਐਸ ਡੀ ਐਮ ਪੱਛਮੀ ਨੇ ਜਾਂਚ ਰਿਪੋਰਟ ਡੀ ਸੀ ਨੂੰ ਸੌਂਪ ਦਿੱਤੀ ਹੈ 23 ਅਗਸਤ ਨੂੰ ਲੁਧਿਆਣਾ ਦੇ ਬੱਦੋਵਾਲ ਦੇ ਇੱਕ ਸਰਕਾਰੀ ਐਮਨੈਂਸ ਸਕੂਲ ਦੀ ਛੱਤ ਡਿੱਗਣ ਨਾਲ 45 ਸਾਲਾ ਮਹਿਲਾ ਅਧਿਆਪਕ ਰਵਿੰਦਰ ਕੌਰ ਦੀ ਮੌਤ ਹੋ ਗਈ ਸੀ ਜਦ ਕਿ ਨਰਿੰਦਰਜੀਤ ਕੌਰ ਸੁਖਜੀਤ ਕੌਰ ਤੇ ਇੰਦੂ ਰਾਣੀ ਤਿੰਨ ਅਧਿਆਪਕਾਂ ਜ਼ਖਮੀ ਹੋ ਗਏ ਸਨ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ 1 ਹਾਈ ਸਕਿਉਰਿਟੀ ਜ਼ੋਨ ਦੇ ਅੰਦਰ 82 CRPF ਬਟਾਲੀਅਨ ਦੀ ਬਿਲਡਿੰਗ ਦੇ ਸਾਹਮਣੋਂ ਵਿਰਾਸਤੀ ਤੋਪ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮੁਲਜ਼ਮ ਕੋਲੋਂ ਚੋਰੀ ਕੀਤੀ ਵਿਰਾਸਤੀ ਤੋਪ ਵੀ ਬਰਾਮਦ ਕਰ ਲਈ ਹੈ 5 6 ਮਈ ਦੀ ਰਾਤ ਨੂੰ ਕਿਸੇ ਅਣਪਛਾਤੇ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਗੇਟ ਤੇ 24 ਘੰਟੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ 3 ਕੁਇੰਟਲ ਭਾਰੀ ਤੋਪ ਆਖਿਰਕਾਰ ਚੋਰੀ ਕਿਵੇਂ ਹੋ ਗਈ ਇਸ ਸਵਾਲ ਦਾ ਜਵਾਬ ਹਾਲੇ ਵੀ ਸਾਰੇ ਉਡੀਕ ਰਹੇ ਨੇ ਸੈਕਟਰ 3 ਥਾਣੇ ਦੀ ਪੁਲਿਸ ਨੇ ਅਣਪਛਾਤੇ ਮੌਲਸਮਾਂ ਦੇ ਖਿਲਾਫ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਸੀ ਤੇ ਸੈਕਟਰ 1 ਹੈ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀਵੀਆਈਪੀ ਇਲਾਕਾ ਹੈ ਇੱਥੇ ਜਿਹੜੀ ਪੰਜਾਬ ਸਰਕਾਰ ਦੇ ਨੁਮਾਇंदे ਖਾਸ ਤੌਰ ਤੇ ਰਹਿੰਦੇ ਨੇ ਪੰਜਾਬ ਤੇ ਹਰਿਆਣਾ ਸਖਤਰੇ ਦੀ ਇਮਾਰਤ ਵੀ ਇੱਥੇ ਬਣੀ ਹੋਈ ਹੈ ਅਤੇ CRPF ਬਟਾਲੀਅਨ ਦੀ ਬਿਲਡਿੰਗ ਦੇ ਸਾਹਮਣੇ ਉਹ ਐਨ ਸਾਹਮਣੇ ਕੋਈ ਆਸੇ ਪਾਸੇ ਨਹੀਂ ਸਿਪਈਏ ਵਿਰਾਸਤੀ ਤੋਪ ਇਹ ਉੱਥੇ ਸੀ ਜਿੱਥੇ ਹਮੇਸ਼ਾ ਜਿਹੜੇ ਜਿਹੜੇ ਸੁਰੱਖਿਆ ਕਰਮਚਾਰੀ ਨੇ ਉਹ ਤੈਨਾਤ ਰਹਿੰਦੇ ਨੇ ਅਤੇ ਤਿੰਨ ਕੁਇੰਟਲ ਦੀ ਇਹ ਤੋਪ ਚੋਰੀ ਕਰ ਲਈ ਗਈ ਸੀ ਤੇ ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਤੋਪ ਹੋਣੀ ਹੋਣ ਤੋਂ ਕਈ ਮਹੀਨਿਆਂ ਬਾਅਦ ਇਹਦਾ ਪਤਾ ਲੱਗਿਆ ਸੀ ਬਰਨਾਲਾ ਜ਼ਿਲ੍ਹੇ ਦੇ ਵਾਸੀ ਧਿਆਨ ਨਾਲ ਸੁਣ ਲਓ ਕਿ ਹੁਣ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਚਿਹਰੇ ਨੂੰ ਕੱਪੜੇ ਨਾਲ ਢਾਕੇ ਸੜਕਾਂ ਤੇ ਨਹੀਂ ਨਿਕਲ ਸਕਦੇ ਜੇ ਕੋਈ ਵਿਅਕਤੀ ਇਹ ਜਹਾ ਕਰਦਾ ਦੇਖਿਆ ਗਿਆ ਤਾਂ ਉਸ ਵਿਰੁੱਧ ਕੇਸ ਵੀ ਦਰਜ ਹੋ ਸਕਦਾ ਹੈ ਇਹ ਹੁਕਮ ਜ਼ਿਲ੍ਹੇ ਦੀ ਡੀਸੀ ਪੂਨਮਦੀਪ ਕੌਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਡੀਸੀ ਨੇ ਹੁਕਮਾਂ ਚ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਲੋਕ ਆਮ ਤੌਰ ਤੇ ਮੂੰਹ ਢਾਕੇ ਸੜਕਾਂ ਤੇ ਤੁਰਦੇ ਨੇ ਤੇ ਅਜਿਹੇ ਵਿੱਚ ਕਈ ਲੋਕ ਇਸ ਦੀ ਆੜ ਵਿੱਚ ਅਪਰਾਧ ਵੀ ਕਰਦੇ ਨੇ ਜਿਸ ਕਰਕੇ ਉਹਨਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਜਾਂਦੀ ਹੈ ਇਸ ਨੂੰ ਧਿਆਨ ਚ ਰੱਖਦੇ ਹੁਕਮ ਜਾਰੀ ਕੀਤੇ ਗਏ ਨੇ ਕਿ ਕੋਈ ਵੀ ਵਿਅਕਤੀ ਮੂੰਹ ਟਾਕੇ ਪੈਦਲ ਜਾਂ ਵਾਹਨ ਨਹੀਂ ਚਲਾਵੇਗਾ ਨਹੀਂ ਤਾਂ ਉਸ ਵਿਰੁੱਧ ਦਫਾ 143 ਦੀ ਉਲੰਘਣਾ ਕਰਨ ਤੇ ਧਾਰਾ 188 ਤਹਿਤ ਕੇਸ ਦਰਜ ਕੀਤਾ ਜਾਵੇਗਾ ਜਲੰਧਰ ਨੇੜੇ ਫਗਵਾੜਾ ਸਥਿਤ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲੌਗ ਗੇਟ ਦੇ ਕੋਲ ਖੜੇ ਨੌਜਵਾਨਾਂ ਦੇ ਉੱਤੇ 30 ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਗੋਲੀਆਂ ਚਲਾ ਦਿੱਤੀਆਂ ਇਹਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਤੇ ਪਿਸਤੌਲ ਸਨ ਤਾਬੜ ਤੋੜ ਗੋਲੀਆਂ ਇਹਨਾਂ ਨੇ ਚਲਾਈਆਂ ਤੇ ਸਮਲੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਜਿਸ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸਿੰਘਪੁਰ ਵਜੋਂ ਹੋਈ ਹੈ ਦੋ ਹੋਰ ਨੌਜਵਾਨ ਜ਼ਖਮੀ ਵੀ ਹੋਏ ਨੇ ਜ਼ਖਮੀ ਨੌਜਵਾਨ ਅਰਜਨ ਸਿੰਘ ਰਾਣਾ ਨੇ ਦੱਸਿਆ ਕਿ ਉਸ ਦਾ ਭਰਾ ਹਰਪ੍ਰੀਤ ਤੇ ਦੋਸਤ ਸੌਰਬ ਆਪਣੇ ਇੱਕ ਦੋਸਤ ਮਨੀ ਨੂੰ ਛੱਡਣ ਲਈ ਦੂਜੇ ਪੀਜੀ ਜਾ ਰਿਹਾ ਸੀ ਲੋਗ ਗੇਟ ਦੇ ਕੋਲੋਂ ਖੜੇ ਸਨ ਐਨੀ ਦੇਰ ਵਿੱਚ ਮੋਟਰਸਾਈਕਲਾਂ ਤੇ ਤਕਰੀਬਨ 25 ਤੋਂ 30 ਨੌਜਵਾਨ ਸਵਾਰ ਹੋ ਕੇ ਆਏ ਸਾਰਿਆਂ ਦੇ ਹੱਥਾਂ ਵਿੱਚ ਹਥਿਆਰ ਸਨ ਤੇ ਉਹਨਾਂ ਨੇ ਇੱਕਦਮ ਹਮਲਾ ਕਰ ਦਿੱਤਾ ਪੁਲਿਸ ਨੇ ਜਾਨੋ ਮਾਰਨ ਦੇ ਇਰਾਦੇ ਦੀ ਕੋਸ਼ਿਸ਼ ਦੀ ਧਾਰਾ 307 160 147 ਤੇ 149 ਤਹਿਤ ਕੇਸ ਦਰਜ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਲੱਗ ਰਹੇ ਲੰਬੇ ਲੰਬੇ ਬਿਜਲੀ ਦੇ ਕਟਾਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੋਇਆ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਕਿਹਾ ਕਿ ਲੰਬੇ ਲੰਬੇ ਬਿਜਲੀ ਦੇ ਕਟਾਂ ਨਹਿਰੀ ਪਾਣੀ ਦੀ ਘੱਟ ਸਪਲਾਈ ਅਤੇ ਕੇਵਲ 2 ਘੰਟੇ ਬਿਜਲੀ ਦੀ ਸਪਲਾਈ ਕਰਕੇ ਝੋਨੇ ਦੀ ਖੜੀ ਫਸਲ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਕਹਿੰਦੇ ਪਹਿਲਾਂ ਤਾਂ ਵਾਧੂ ਪਾਣੀ ਛੱਡ ਕੇ ਪੰਜਾਬ ਨੂੰ ਡੋਬ ਦਿੱਤਾ ਤੇ ਹੁਣ ਕਿਸਾਨਾਂ ਨੂੰ ਜਦੋਂ ਪਾਣੀ ਦੇ ਸਖਤ ਤਲੋੜ ਹੈ ਤੇ ਹੁਣ ਨਹਿਰਾ ਰਾਹੀ Rajasthan ਨੂੰ ਤਾਂ ਪਾਣੀ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਪਾਣੀ ਦਿੱਤਾ ਜਾ ਰਿਹਾ ਹੈ ਸੁਭੀਰ ਸਿੰਘ ਬਾਦਲ ਦੀ ਧਰਮ ਪਤਨੀ ਅਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਵੀ ਇਸੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਕਹਿੰਦੇ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਕਰਕੇ ਅੱਜ ਬਿਜਲੀ ਕਟਾਂ ਦੇ ਕਾਰਨ ਪੰਜਾਬ ਗੰਭੀਰ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਹਰਸਿਮਰਤ ਕੌਰ ਬਾਦਲ ਨੇ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਤੇ ਨਸ਼ਿਆਂ ਦੇ ਮੁੱਦੇ ਤੇ ਵੀ ਬਾਵਾ ਤਿੱਖਾ ਬਿਆਨ ਦਿੱਤਾ ਇੱਥੇ ਤਾਂ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਰ ਕੰਮ ਤੇ ਹਰ ਕਦਮ ਪੰਜਾਬ ਦੀ ਜਨਤਾ ਦੇ ਵਿਰੁੱਧ ਹੈ ਤੇ ਪੰਜਾਬ ਮਾੜਾ ਕਰਨ ਵਾਲਾ ਹੈ ਤੇ ਹਰ ਸਿਮਰਤ ਕੌਰ ਬਾਦਲ ਦੇ ਭਰਾ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਨੌਕਰੀਆਂ ਵਾਲੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਵੀ ਦੇ ਦਿੱਤਾ ਮਜੀਠੀਆ ਨੇ ਇੱਕ ਹੋਰ ਟਵੀਟ ਕਰਕੇ ਸਿਆਸੀ ਸ਼ਹਿ ਤੇ ਅੰਮ੍ਰਿਤਸਰ ਸਾਹਿਬ ਦੇ ਦੋ ਭਰਾਵਾਂ ਮਾਨਵ ਅਤੇ ਜਸ਼ਨ ਨੂੰ ਜਾਣ ਦੇਣ ਲਈ ਮਜਬੂਰ ਕਰਨ ਵਾਲੇ ਸਿਆਸੀ ਰਸੂਖਤਾਰੀ ਰਮਨ ਅਰੋੜਾ ਸਮੇਤ ਦਾਗੀ ਐਸਐਸ ਨੂੰ ਨਵਦੀਪ ਸਿੰਘ ਨੂੰ ਬਚਾਉਣ ਵਾਲਿਆਂ ਖਿਲਾਫ ਵੀ ਧਾਰਾ 120 ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਦਾਗੀ ਅਫਸਰ ਤੇ ਉਸ ਨੂੰ ਸ਼ਹਿ ਦੇਣ ਵਾਲਿਆਂ ਦੇ ਕਾਲੇ ਚਿੱਠੇ ਖੋਲਦਿਆਂ ਕਿਹਾ ਕਿ ਸ਼੍ਰੋਮਣੀ ਕਾਲੇ ਦਲ ਸ पीडਿਤ ਪਰਿਵਾਰ ਨੂੰ ਹਰ ਹਿੱਲੇ ਇਨਸਾਫ ਦਿਵਾ ਕੇ ਰਹੇਗਾ ਅੱਠੇ ਪਹਿਲ ਤਹਿਲ ਸੇਵਾ ਲਹਿਰ ਦੇ ਵੱਲੋਂ 1 ਸਤੰਬਰ ਨੂੰ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਹੜੀ ਗੁਰਾਂ ਦੀ ਜਾਗੋ ਆਰੰਭ ਕੀਤੀ ਗਈ ਸੀ ਉਹ ਲਗਾਤਾਰ ਚੱਲ ਰਹੀ ਹੈ ਜਾਗੋ ਦਾ ਮਕਸਦ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਲਾਹਨਤ ਹੈ ਉਸ ਨੂੰ ਖਤਮ ਕਰਨ ਦੇ ਲਈ ਉਸ ਨੂੰ ਜੜੋਂ ਪੁੱਟਣ ਦੇ ਲਈ ਨੌਜਵਾਨਾਂ ਦਾ ਸਹਿਯੋਗ ਕਰਨਾ ਜਿਹੜੇ ਇਸ ਦੇ ਵਿੱਚ ਜਕੜੇ ਪਏ ਨੇ ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਚਿੱਟੇ ਦੀ ਗraft ਤੇ ਬੁਰੀ ਤਰ੍ਹਾਂ ਦੇ ਨਾਲ ਜਕੜੀ ਪਈ ਹੈ ਹਾਲੇ ਵਿੱਚ ਜਿੱਥੇ ਗਲੀਆਂ 'ਚ ਚਿੱਟਾ ਖਰੀਦਣ ਵਾਲੇ ਦੀਆਂ ਲਾਈਨਾਂ ਲੱਗੀਆਂ ਸਭ ਨੇ ਦੇਖੀਆਂ ਨੇ ਹੁਣ ਉੱਥੇ ਹੀ ਮਨੁੱਖਤਾ ਦਾ ਦਰਦ ਰੱਖਣ ਵਾਲੇ ਸਿੰਘਾਂ ਨੇ ਪੰਜਾਬ ਨੂੰ ਜਗਾਉਣ ਦੇ ਲਈ ਅਨੰਦਪੁਰ ਸਾਹਿਬ ਤੋਂ ਗੁਰਾਂ ਦੀ ਜਾਗੋ ਆਰੰਭ ਕੀਤੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਸਥਾਨ ਤੇ ਜਾ ਕੇ ਅਰਦਾਸ ਕੀਤੀ ਜਿੱਥੇ 350 ਸਾਲ ਪਹਿਲਾਂ ਕਸ਼ਮੀਰੀ ਪੰਡਤਾਂ ਨੇ ਆਪਣਾ ਧਰਮ ਬਚਾਉਣ ਲਈ ਅਰਜ਼ੋਈ ਕੀਤੀ ਸੀ ਤੇ ਹੁਣ ਇਹ ਜਾਗੋ ਪਿੰਡਾਂ ਨੂੰ ਜਗਾ ਰਹੀ ਹੈ 1 ਸਤੰਬਰ ਤੋਂ ਸ਼ੁਰੂ ਹੋਈ ਗੁਰਾਂ ਦੀ ਜਾਗੋ 15 ਸਤੰਬਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਜਾ ਕੇ ਸਮਾਪਤ ਹੋਵੇਗੀ ਪ੍ਰਬੰਧਕਾਂ ਨੇ ਲੋਕਾਂ ਨੂੰ ਆਪਣੇ ਗੁਰਕਰਾਂ ਨੂੰ ਸੁੰਨਾ ਨਾ ਛੱਡਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਇਸ ਜਾਗੋ ਦੇ ਰਾਹੀਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਦੇ ਲਈ ਵੀ ਲਾਮਬੰਦ ਕੀਤਾ ਜਾ ਰਿਹਾ ਹੈ ਗੁਰੇਤ ਕਰਨ ਲੱਗ ਪਏ ਆਰਗੈਨਿਕ ਖੇਤੀ ਸ਼ੁਰੂ ਹੋ ਗਈ ਹੈ ਨਾ ਪਰ ਸਾਡੇ ਬੱਚਿਆਂ ਨੂੰ ਸਾਡੇ ਪਿੰਡਾਂ 'ਚ ਸਾਡੀਆਂ ਗਲੀਆਂ 'ਚ ਆ ਕੇ ਜ਼ਹਿਰ ਦਿੱਤਾ ਜਾ ਰਿਹਾ ਉਹਨੂੰ ਕਿੰਨੇ ਰੋਕਣਾ ਭਾਈ ਇਹ ਚਿੱਟਾ ਜਿਹੜਾ ਜ਼ਹਿਰ ਹੈ ਇਹ ਕੋਈ ਨਸ਼ਾ ਨਹੀਂ ਹੈ ਸੂਈ ਲੱਗੀ ਜਾਂਦੀ ਬੱਚਾ ਉੱਥੇ ਮਰ ਜਾਂਦਾ ਹੈ ਜ਼ਹਿਰ ਵੀ ਤੇ ਹੋਣਗੀ ਹੈ ਕਿਉਂ ਭਾਈ ਸਾਡੀ ਜ਼ਹਿਰ ਹੀ ਹੋਇਆ ਤਾਂ ਸੂਈ ਕੱਢਣ ਦਾ ਨਾ ਟਾਈਮ ਨਹੀਂ ਲੱਗਾ ਤੇ ਹਜ਼ਾਰਾਂ ਸਾਡੇ ਬੱਚੇ ਮਰ ਗਏ ਹੋਏ ਨੇ ਜਿਨ੍ਹਾਂ ਦਾ ਕੋਈ ਕਤਲ ਹੀ ਨਹੀਂ ਹੈ ਪੰਜਾਬ ਦੇ ਵਿੱਚ ਹਜ਼ਾਰਾਂ ਕਤਲ ਹੋ ਚੁੱਕੇ ਜਨਾਬਾਂ ਦਾ ਕੋਈ ਕਤਲ ਨਹੀਂ ਹੈ ਪਰਦੇ ਪਾ ਪ ਕੇ ਆਪਾਂ ਆਪਣਾ ਇੱਥੇ ਤੱਕ ਲੈ ਆਂਦਾ ਕੰਮ ਕਿ ਰੋਜ਼ਾਨਾ ਹੀ ਤੇਨ ਤੇਨ 4 4 ਸਵੇ ਪੰਜਾਬ 'ਚ ਵੱਧਦੇ ਪਏ ਨੇ ਤੇ ਫਿਰ ਆਪਾਂ ਮੌਤ ਦੇ ਮੂੰਹ ਵੱਲ ਜਾ ਨਹੀਂ ਰਹੇ ਤੇ ਹੋਰ ਕੀ ਹੈ ਸਾਡੇ ਦੀ ਇੱਕ ਬੜੀ ਮਜਬੂਰੀ ਦੇ ਵਿੱਚ ਅਰਦਾਸ ਕਰਕੇ ਤੁਰੇ ਆਂ ਰਾਂਜੀ ਤੁਸੀਂ ਇਧਰ ਮੇਰੇ ਲੱਗ ਕੇ ਆਜਾ ਮੈਨੂੰ ਸਿੰਘਾ ਬਟਾਲਾ ਤੋਂ ਇੱਕ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਮਾਪਿਆਂ ਨੇ ਦੋਵੇਂ ਭੈਣ ਭਰਾਵਾਂ ਨੂੰ ਇਕੱਠੇ ਸਕੂਲ ਭੇਜਿਆ ਸੀ ਪਰ ਨਹੀਂ ਪਤਾ ਸੀ ਕਿ ਇੱਕੋ ਹੀ ਘਰੇ ਜਿਉਂਦਾ ਮੁੜੂਗਾ 5 ਸਾਲ ਦੇ ਭਰਾ ਦੀ ਜਾਨ ਜਾਣ ਦੀ ਖਬਰ ਜਦੋਂ ਪਰਿਵਾਰ ਕੋਲ ਪਹੁੰਚੀ ਤਾਂ ਜ਼ਾਹਿਰ ਤੌਰ ਤੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਬੱਚਾ ਹਰਜੀਤ ਸਿੰਘ ਭੈਣ ਦੇ ਨਾਲ ਜਿਹੜੀ ਸਕੂਲ ਬੱਸ ਤੇ ਘਰ ਆਉਂਦਾ ਸੀ ਉਸੇ ਡਰਾਈਵਰ ਦੀ ਲਾਪਰਵਾਹੀ ਉਸ ਦੀ ਜ਼ਿੰਦਗੀ ਦਿਸਾਹਣ ਖਿੱਚਣ ਦਾ ਕਾਰਨ ਬਣੀ ਪਤਾ ਲੱਗਿਆ ਕਿ ਜਦੋਂ ਸਕੂਲ ਦੋਵੇਂ ਬੱਚਿਆਂ ਨੂੰ ਘਰ ਛੱਡਣ ਆਈ ਤਾਂ ਪਹਿਲਾ ਭੈਣ ਬੱਸ ਤੋਂ ਉੱਤਰ ਗਈ ਤੇ ਜਦੋਂ ਬੱਚਾ 5 ਸਾਲ ਦਾ ਬੱਚਾ ਉਤਰਨ ਲੱਗਿਆ ਤਾਂ ਡਰਾਈਵਰ ਨੇ ਉਸੇ ਵਕਤ ਬੱਸ ਚਲਾ ਦਿੱਤੀ ਲਾਪਰਵਾਹੀ ਦੇ ਨਾਲ ਇਹ ਵੀ ਨਹੀਂ ਦੇਖਿਆ ਕਿ ਦੋਵੇਂ ਬੱਚੇ ਉੱਤਰ ਗਏ ਜਾਂ ਫਿਰ ਨਹੀਂ ਹਰਜੀਤ ਉਸੇ ਉਸੇ ਗਲਤੀ ਦੇ ਨਾਲ ਡਰਾਈਵਰ ਦੀ ਗਲਤੀ ਦੇ ਨਾਲ ਹੇਠਾਂ ਡਿੱਗ ਪਿਆ ਟਾਇਰ ਦੇ ਥੱਲੇ ਆ ਗਿਆ ਜਿਸ ਕਰਕੇ ਉਸ ਦੀ ਜਾਨ ਚਲੀ ਗਈ ਤੇ ਹਾਦਸਾ ਤਾਂ ਵਾਪਰਿਆ ਕਿਉਂਕਿ ਬੱਸ ਦੇ ਵਿੱਚ ਬੱਚਿਆਂ ਨੂੰ ਸੁਰੱਖਿਅਤ ਉਤਾਰਨ ਦੇ ਲਈ ਕੋਈ ਮੌਜੂਦ ਨਹੀਂ ਸੀ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਅਤੇ ਬੱਸ ਡਰਾਈਵਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਸੁਪਰੀਮ ਕੋਰਟ 12 ਸਤੰਬਰ ਤੋਂ ਅੰਗਰੇਜ਼ਾਂ ਦੇ ਵੇਲੇ ਦੇ ਦੇਸ਼ ਤਰੂ ਕਾਨੂੰਨ ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰੇਗੀ ਇਹ ਪਟੀਸ਼ਨਾਂ 1 ਮਈ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਦੇ ਲਈ ਆਈਆਂ ਸੰ ਤੇ ਇਹਨਾਂ ਨੂੰ ਹੁਣ ਸੂਚੀ ਦੀ ਬੰਦ ਕੀਤਾ ਗਿਆ ਹੈ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਨੂੰ 550 ਕਰੋੜ ਰੁਪਏ ਦੇ ਕਥਿਤ ਹੁਨਰ ਵਿਕਾਸ ਕਪਲੇ ਦੇ ਵਿੱਚ ਅੱਜ ਤੜਕੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਉਸ ਦੀ ਪੂਰੀ ਤਰ੍ਹਾਂ ਸਹੂਲਤਾਂ ਦੇ ਨਾਲ ਲੈਸ ਬਸ ਦਾ ਦਰਵਾਜ਼ਾ ਖੜਕਾਇਆ ਜਿਦੇ ਵਿੱਚ ਉਹ ਸੌਂ ਰਿਹਾ ਸੀ ਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਆਂਧਰਾ ਪ੍ਰਦੇਸ਼ ਪੁਲਿਸ ਨੇ ਦੱਸਿਆ ਕਿ ਸੀਆਈਡੀ ਦੀ ਟੀਮ ਨੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੂੰ ਸਵੇਰੇ 6 ਵਜੇ ਗ੍ਰਿਫਤਾਰ ਕੀਤਾ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਨਿਰਦੇਸ਼ਕ ਅਨੰਤ ਅੰਬਾਨੀ ਨੇ ਉੱਤਰਾਖੰਡ ਦੇ ਸੀਐਮ ਰਾਹਤ ਫਾਂਡੇ ਲਈ 25 ਕਰੋੜ ਰੁਪਏ ਦਾਨ ਕੀ ਤਬਾਣੀ ਦੇ ਸਹਿਯੋਗ ਲਈ ਧੰਨਵਾਦ ਕੀਤਾ ਹੈ ਹਰਿਆਣਾ ਦੇ ਰਿਵਾੜੀ ਦੇ ਵਿੱਚ ਦਿੱਲੀ ਰੋਡ ਤੇ ਸਥਿਤ ਹੁੰਡਈ ਕਾਰ ਦੇ ਇੱਕ ਸ਼ੋਰੂਮ ਦੇ ਵਿੱਚ ਅੱਜ ਭਿਆਨਕ ਅੱਗ ਲੱਗ ਗਈ ਕੁਝ ਸਮੇਂ ਦੇ ਵਿੱਚ ਹੀ ਆਗਨੀ ਫੈਲ ਗਈ ਕਿ ਪੂਰਾ ਸ਼ੋਰੂਮ ਸੜ ਕੇ ਸੁਆਹ ਹੋ ਗਿਆ ਸ਼ੋਰੂਮ ਦੇ ਮਾਲਕ ਪ੍ਰਦੀਪ ਮੁਤਾਬਕ ਜਿੱਥੇ ਅੱਗ ਲੱਗੀ ਉੱਥੇ 35 ਦੇ ਕਰੀਬ ਨਵੀਆਂ ਗੱਡੀਆਂ ਵੀ ਖੜੀਆਂ ਸਨ ਜਿਹੜੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਤੇ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਦੱਸੀ ਗਈ ਹੈ ਤੇ ਵੱਡੀ ਗੱਲ ਇਹ ਹੈ ਕਿ 5 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਵੀ ਫਾਇਰ ਵਿਭਾਗ ਦੇ ਕਰਮਚਾਰੀ ਇਸ ਅੱਗ ਤੇ ਕਾਬੂ ਨਾ ਪਾ ਸਕੇ ਅੱਜ ਦੀ ਸਭ ਤੋਂ ਵੱਡੀ ਘਟਨਾ ਉੱਤਰੀ ਅਫਰੀਕਾ ਦੇ ਮੁਲਕ ਮੋਰੱਕੋ ਦੇ ਵਿੱਚ ਵਾਪਰੀ ਹੈ ਜਿੱਥੇ ਇੰਨਾ ਵੱਡਾ ਜ਼ਬਰਦਸਤ ਪੁਚਾਲ ਆਇਆ ਕਿ ਪੂਰੀ ਤਰ੍ਹਾਂ ਦੇ ਨਾਲ ਮੁਲਕ ਦੇ ਵਿੱਚ ਤਬਾਹੀ ਮਚ ਗਈ ਹੈ 820 ਲੋਕਾਂ ਦੀ ਮੌਤ ਦੀ ਖਬਰ ਖਬਰਾਂ ਪੜੇ ਜਾਣ ਤੱਕ ਸਾਨੂੰ ਮਿਲ ਚੁੱਕੀ ਸੀ ਇਸ ਤੋਂ ਬਾਅਦ ਵੀ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਪੁਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕਈ ਇਮਾਰਤਾਂ ਤਾਂ ਜ਼ਮੀਨ ਦੇ ਵਿੱਚ ਹੀ ਧਸ ਗਈਆਂ ਯੂਐਸਜੀਐਸ ਯਾਨੀ ਕਿ ਸੰਯੁਕਤ ਰਾਜਪੂ ਭੂਵਿਗਿਆਨ ਸਰਵੇ ਦੇ ਮੁਤਾਬਿਕ ਪਿਛਲੇ 120 ਸਾਲਾਂ ਦੇ ਵਿੱਚ ਉੱਤਰੀ ਅਫਰੀਕਾ ਵਿੱਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਸੀ ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.8 ਮਾਪੀ ਗਈ ਪੁਚਾਲ ਕਾਰਨ ਹੋਈ ਤਬਾਹੀ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਮੁਰਾਕੋ ਦੇ ਮਰਾਕੇਸ਼ ਸ਼ਹਿਰ ਦੇ ਵਿੱਚ ਹੋਈ ਤਬਾਹੀ ਨੇ ਲੋਕਾਂ ਦੇ ਮਨਾਂ ਵਿੱਚ دہشت ਭਰ ਦਿੱਤੀ ਹੈ ਜਿੱਥੇ 820 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ 329 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁਰਕੋ ਦੇ ਵਿੱਚ ਹੋਈ ਤਬਾਹੀ ਤੇ ਦੁੱਖ ਪ੍ਰਗਟਾਇਆ ਹੈ ਤੇ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਦਿੱਤਾ ਹੈ। ਨਿਮਾਰ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਅਤੇ ਮਹਾਨ ਫੁੱਟਬਾਲਰ ਪੇਲੇ ਨੂੰ ਪਛਾੜ ਕੇ ਬ੍ਰਾਜ਼ੀਲ ਦੇ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਨੇ। ਨਿਮਾਰ ਨੇ ਬੋਲੀਵਿਆ ਖਿਲਾਫ ਵਿਸ਼ਵ ਕੱਪ ਕੁਆਲੀਫਾਈਂਗ ਮੈਚ ਦੇ ਵਿੱਚ 69ਵੇਂ ਮਿੰਟ 'ਚ ਗੋਲ ਕਰਕੇ ਉਪਲਬਧੀ ਹਾਸਲ ਕੀਤੀ। ਅਮਾਜ਼ਨ ਸ਼ਹਿਰ ਬੈਲਮ ਦੇ ਵਿੱਚ 31 ਸਾਲ ਦੇ ਨਿਮਾਰ ਨੇ ਆਪਣਾ 78ਵਾਂ ਗੋਲ ਕੀਤਾ ਜਿਸ ਨਾਲ ਪੇਲੇ ਦੇ 77 ਗੋਲਾਂ ਦੇ ਰਿਕਾਰਡ ਨੂੰ ਵੀ ਉਹਨਾਂ ਨੇ ਪਿੱਛੇ ਛੱਡ ਦਿੱਤਾ। ਇਸ ਵਿਸ਼ਵ ਕੱਪ ਕੁਆਲੀਫਾਈਂਗ ਮੈਚ ਦੇ ਵਿੱਚ ਬ੍ਰਾਜ਼ੀਲ ਨੇ 5-1 ਨਾਲ ਜਿੱਤ ਦਰਜ ਕੀਤੀ। ਨਿਮਾਰ ਨੇ ਮੈਚ ਦੇ ਵਿੱਚ ਟੀਮ ਲਈ ਚੌਥਾ ਤੇ ਪੰਜਵਾਂ ਗੋਲ ਕੀਤਾ ਤੇ ਹੁਣ ਉਸਨੇ ਕੁੱਲ ਨਾਸੀ ਗੋਲ ਕਰ ਲਏ ਨੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।